ਪਰਮਾਤਮਾ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਦੇ ਆਸ਼ੀਰਵਾਦ ਸਦਕੇ ਮੇਰੇ ਪਰਿਵਾਰ ਉੱਤੇ ਭਾਰਤੀ ਜਨਤਾ ਪਾਰਟੀ ਨੇ ਜੋ ਵਿਸ਼ਵਾਸ ਕੀਤਾ ਹੈ, ਇੱਕ ਛੋਟੇ ਜਿਹੇ ਨਿਮਾਣੇ ਜਿਹੇ ਕਾਰਜਕਰਤਾ ਦੇ ਉੱਤੇ, ਇੱਕ ਛੋਟਾ ਜਿਹਾ ਕਾਰਜਕਰਤਾ ਜਿਹੜਾ ਪੋਸਟਰ ਲਗਾਉਣ ਵਾਲਾ ਕਾਰਜਕਰਤਾ ਸੀ, ਪਾਰਟੀ ਦੀ ਜਿਹੜੀ ਸੇਵਾ ਕੀਤੀ, ਅੱਜ ਉਸ ਪਾਰਟੀ ਨੇ ਮੈਨੂੰ ਫਲ ਦੇ ਤੌਰ ਦੇ ਉੱਤੇ ਜਿਹੜਾ ਮੇਰੇ ਉੱਤੇ ਵਿਸ਼ਵਾਸ ਕੀਤਾ। ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਔਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਔਰ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਆਦਰਸ਼ ਜਗਤ ਪ੍ਰਕਾਸ਼ ਨੱਡਾ ਜੀ ਦਾ ਔਰ ਭਾਰਤੀ ਜਨਤਾ ਪਾਰਟੀ ਮੇਰੇ ਸੂਬੇ ਦੇ ਪ੍ਰਧਾਨ ਸੁਨੀਲ ਜਾਖੜ ਜੀ ਦਾ ਅਤੇ ਪੂਰੀ ਟੀਮ ਦਾ, ਸੁੱਚੀ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਲੋਕਾਂ ਨੇ ਸੀਨੀਅਰ ਲੀਡਰਸ਼ਿਪ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ, ਮੈਨੂੰ ਇਸ ਲਾਇਕ ਸਮਝਿਆ ਕਿ ਅੱਜ ਮੈਨੂੰ ਟਿਕਟ ਦੇ ਕੇ ਪਾਰਟੀ ਦੀ ਸੇਵਾ ਦੇ ਲਈ ਉਤਾਰਿਆ। ਸਰ ਸ਼ੀਤਲ ਜੀ, ਕਿਆ ਲੱਗ ਰਿਹਾ ਹੈ ਕਿ ਇਸ ਵਾਰ ਜੋ ਉਪ ਚੁਣਾਵ ਹੋਣੇ ਜਾ ਰਹੇ ਹੈ ਉਸਮੇ ਆਮ ਆਦਮੀ ਪਾਰਟੀ ਹੈ ਇੱਕ ਤਰਫ ਕਿਉਂਕਿ ਸਰਕਾਰ ਹੈ, ਦੂਸਰੀ ਤਰਫ ਕਾਂਗਰਸ ਹੈ ਅਭੀ ਕਿਉਂਕਿ ਅੱਛੀ ਖਾਸੀ ਉਹਨਾਂ ਲੋਕ ਸਭਾ ਚੁਣਾਵ ਜਿੱਤੇ ਹੈ, ਤਾਂ ਐਸੇ ਮੈਂ ਮੁਕਾਬਲਾ ਕਿਸੇ ਦੇਖਦੇ ਹਾਂ? ਮੈਂ ਸਭ ਤੋਂ ਪਹਿਲੇ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਲੋਕ ਸੱਚ ਔਰ ਝੂਠ ਦੀ ਲੜਾਈ ਲੜਨ ਦੇ ਲਈ ਤਿਆਰ ਬੈਠੇ ਆ। ਅਗਰ ਮੈਂ ਅਸਤੀਫਾ ਦਿੱਤਾ ਸੀ ਉਹ ਇਸ ਕਰਕੇ ਦਿੱਤਾ ਸੀ ਕਿ ਜਿਹੜੀ ਇਹ ਸੂਬੇ ਦੀ ਸਰਕਾਰ ਅੱਜ ਪੰਜਾਬ ਦੇ ਲੋਕਾਂ ਦੇ ਨਾਲ 26 ਮਹੀਨਿਆਂ ਤੋਂ ਝੂਠ ਬੋਲ ਰਹੀ ਹੈ, 26 ਮਹੀਨਿਆਂ ਤੋਂ ਵੱਡੇ ਵੱਡੇ ਵਾਅਦੇ ਕਰ ਰਹੀ ਸੀ, ਜਿਹੜੇ ਕਹੇ ਸੀ ਸਾਰੇ ਵਾਅਦੇ ਖੋਖਲੇ ਨਿਕਲੇ, ਝੂਠ ਦੇ ਪਲਿੰਦੇ ਜਿਹੜੀ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਸੂਬੇ ਦੀ ਸਰਕਾਰ ਹੈ, ਅੱਜ ਉਹਨਾਂ ਦਾ ਜਿਹੜਾ ਚਿੱਠਾ ਹੈ ਇਹ ਜਲੰਧਰ ਦੇ ਲੋਕਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਹੈ। 1 ਤਰੀਕ ਜਿਹੜੀ ਹਜੇ ਲੋਕ ਸਭਾ ਦੀ ਜਿਹੜੀ ਵੋਟ ਪੈ ਕੇ ਗਈ ਹੈ, ਅੱਜ ਉਹਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਵੋਟ ਬੈਂਕ ਹੈ ਉਹ ਸਭ ਤੋਂ ਨੀਚੇ ਆ ਕੇ ਖੜਾ ਹੋਇਆ। ਅੱਜ ਜਲੰਧਰ ਦੇ ਲੋਕ ਜ਼ਰੂਰ ਮੌਕਾ ਮਿਲਦਾ ਸੁਸ਼ੀਲ ਰਿੰਕੂ ਜੀ ਨੂੰ, ਜ਼ਰੂਰ ਲੋਕ ਵਿਸ਼ਵਾਸ ਕਰਦੇ ਕਿਉਂਕਿ ਮੇਰੇ ਵੱਡੇ ਭਾਈ ਹੈ, ਪਰ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਨੇ ਪ੍ਰੋਟੋਕੋਲਾ ਝੂਠ ਦਾ ਕਿ ਜਿਹੜੇ ਦੇਸ਼ ਮੋਦੀ ਦੀ ਉਹਦੇ ਵਿੱਚ ਸੰਵਿਧਾਨ ਤੋੜਨ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿਉਂਕਿ ਦਲਿਤ ਭਾਈਚਾਰੇ ਨੂੰ ਗੁੰਮਰਾਹ ਕੀਤਾ, ਉਹਨਾਂ ਨੇ ਕਿਹਾ ਕਿ ਜੇ 400 ਪਾਰ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਜੇ 400 ਸੀਟਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਗਰ ਮਿਲਦੀਆਂ ਤਾਂ ਲੱਗਦਾ ਸੰਵਿਧਾਨ ਖਤਰੇ ਦੇ ਵਿੱਚ ਹੈ। ਉਹਨਾਂ ਨੇ ਝੂਠ ਬੋਲ ਕਰ ਜਿਹੜੀਆਂ ਵੋਟਾਂ ਲਈਆਂ ਅੱਜ ਉਹ ਲੋਕ ਪਛਤਾ ਰਹੇ ਹੈ, ਅੱਜ ਉਹ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹੈ। ਸਰ ਬੜੀ ਜਲਦੀ ਦੇਸ਼ ਦੇ ਪ੍ਰਧਾਨ ਮੰਤਰੀ ਜਿਸ ਦਿਨ ਆਪਣੇ ਪਹਿਲੇ ਦਿਨ ਮੈਦਾਨ ਚ ਉਤਰੇ ਹੈ, ਅੱਜ ਉਹਨਾਂ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ। ਆਮ ਆਦਮੀ ਪਾਰਟੀ ਨੇ ਅੱਜ ਕੈਂਡੀਡੇਟ ਲਾਂਚ ਕੀਤਾ ਹੈ, ਆਮ ਆਦਮੀ ਪਾਰਟੀ ਨੇ ਜਿਨ੍ਹਾਂ ਉੱਤੇ ਵਿਸ਼ਵਾਸ ਕੀਤਾ ਹੈ, ਸ਼੍ਰੀ ਮਹਿੰਦਰ ਭਗਤ ਜੀ ਜਿਨ੍ਹਾਂ ਨੂੰ ਟਿਕਟ ਦੇ ਕੇ ਉਹਨਾਂ ਨੇ ਮੈਦਾਨ 'ਚ ਉਤਾਰਿਆ। ਮੈਂ ਆਮ ਆਦਮੀ ਨੂੰ ਪੁੱਛਣਾ ਚਾਹੁੰਦਾ ਅੱਜ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਨਾਲ ਕਿ ਕਿੱਥੇ ਗਏ ਅੱਜ ਜੀਤ ਲਾਲ, ਕਿੱਥੇ ਗਿਆ ਸੋਨ ਲਾਲ, ਜਿਹੜੇ ਲੋਕ ਤੁਸੀਂ ਕਹਿੰਦੇ ਸੀ ਕਿ ਅੱਜ ਅੰਮ੍ਰਿਤਪਾਲ ਜਾਂ ਕੋਈ ਵੀ ਛੋਟੇ ਸਥਲ ਦਾ ਲੇਬਰ ਕਰਨ ਵਾਲਾ ਜਿਹੜਾ ਲੋਕ, ਇਹ ਆਮ ਆਦਮੀ ਪਾਰਟੀ ਦਾ ਏਜੰਡਾ ਸੀ, ਅਸੀਂ ਟਿਕਟਾਂ ਉਹਨਾਂ ਲੋਕਾਂ ਨੂੰ ਦੇਵਾਂਗੇ ਜਿਹੜੇ ਲੋਕ ਸੜਕਾਂ ਬਣਾਉਣਗੇ, ਜਿਹੜੇ ਲੋਕ ਲੇਬਰ ਕਲਾਸ ਦੇ ਹੋਣਗੇ, ਜਿਹੜੇ ਲੋਕ ਮਜ਼ਦੂਰ ਹੋਣਗੇ। ਅੱਜ 1 ਕਰੋੜਪਤੀ ਕੈਂਡੀਡੇਟ, 1 ਅਰਬਪਤੀ ਕੈਂਡੀਡੇਟ ਜਿਨ੍ਹਾਂ ਨੇ ਜਲੰਧਰ ਦੇ ਵਿੱਚ ਸਿਆਸਤ ਕਰਨ ਤੋਂ ਬਾਅਦ ਆਪਣੇ ਘਰ ਦੇ ਮਹਿਲ ਬਣਾਏ, ਮਹਿਲਾਂ ਦੇ ਵਿੱਚ ਅੱਜ ਉਹਨਾਂ ਦਾ ਪਰਿਵਾਰ ਰਹਿ ਰਿਹਾ। ਅੱਜ ਜਿਹਨੂੰ ਟਿਕਟ ਮਿਲੀ ਹੈ ਮਹਿੰਦਰ ਭਗਤ ਜੀ ਨੂੰ, ਉਹ ਜਲੰਧਰ ਵੈਸਟ 'ਚ ਨਹੀਂ ਰਹਿੰਦੇ, 10 ਕਿਲੋਮੀਟਰ ਦੂਰ ਜਲੰਧਰ ਵੈਸਟ ਤੋਂ ਉਹਨਾਂ ਦੀ ਕੋਠੀ ਅਰਬਨ ਸਟੇਟ ਦੇ ਵਿੱਚ ਹੈ ਜਿੱਥੇ ਅਰਬਾਂ ਰੁਪਏ ਦਾ ਮਹਿਲ ਬਣਿਆ। ਅੱਜ ਟਿਕਟ ਮਿਲੀ ਹੈ ਉਸ ਇਨਸਾਨ ਨੂੰ ਜਿਹਨੂੰ 2 ਵਾਰੀ
ਅਨਕਾ ਜਿਹੜੇ ਜਿਨ੍ਹਾਂ ਦਾ ਉਹਨਾਂ ਦਾ ਹੰਕਾਰ ਬੜੀ ਟਫ ਹੋ ਜੂਗੀ। ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਮੁੱਖ ਮੰਤਰੀ ਸਾਹਿਬ ਨੂੰ ਜੋ ਸੁਸ਼ੀਲ ਰਿੰਕੂ ਜੀ ਦੱਸਦੇ ਰਹੇ ਆਮ ਆਦਮੀ ਪਾਰਟੀ ਨੂੰ ਫੀਡਬੈਕ, ਜੋ ਸ਼ੀਤਲ ਅੰਗਰਾਲ ਜੀ ਆਮ ਆਦਮੀ ਪਾਰਟੀ ਨੂੰ ਫੀਡਬੈਕ ਦਿੰਦੇ ਸੀ ਕਿ ਤੁਹਾਨੂੰ ਹੋਟਲਾਂ ਨੂੰ ਛੱਡ ਕੇ ਜ਼ਮੀਨ 'ਤੇ ਉਤਰਨਾ ਪਵੇਗਾ। ਮੁੱਖ ਮੰਤਰੀ ਦਾ ਜਹਾਜ਼ PAP ਉਤਰਦਾ ਸੀ ਸਿੱਧਾ ਰੈਡੀਸਨ, ਰੈਡੀਸਨ ਤੋਂ ਗੱਡੀ 'ਚ ਬਹਿਣਾ, PAP ਦੇ ਜਹਾਜ਼ ਤੋਂ ਚੰਡੀਗੜ੍ਹ ਚਲੇ ਜਾਣਾ। ਕਦੀ ਵੀ ਕਿਸੇ ਕਾਰਜਕਰਤਾ ਦੇ ਘਰ ਉਹ 28 ਮਹੀਨਿਆਂ ਦੇ ਵਿੱਚ ਨਹੀਂ ਆਏ, ਕਦੀ ਵੀ ਕਿਸੇ ਕਾਰਜਕਰਤਾ ਨੂੰ ਆਪਣੀ ਗੱਡੀ 'ਚ ਨਹੀਂ ਬਿਠਾਇਆ, ਕਦੀ ਕਿਸੇ ਕਾਰਜਕਰਤਾ ਦੀ ਗੱਲ ਨਹੀਂ ਸੁਣੀ। ਅੱਜ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਮੂੰਹ ਮੋੜ ਚੁੱਕੇ ਨੇ, ਅੱਜ ਆਮ ਆਦਮੀ ਪਾਰਟੀ ਨੂੰ ਚੱਲਦਾ ਕਰਨ ਦੇ ਲਈ ਤਿਆਰ ਬੈਠੇ ਆ। ਅੱਜ ਉਹਨਾਂ ਲੋਕਾਂ ਨੂੰ ਕਿਰਾਏ ਦੇ ਮਕਾਨ ਲੈ ਕੇ ਮੇਰੇ ਮੁਕਾਬਲੇ ਲੜਨ ਦੇ ਲਈ ਮੈਦਾਨ 'ਚ ਆਉਣਾ ਪੈ ਰਿਹਾ। ਮੈਂ ਇੱਕ ਛੋਟਾ ਜਿਹਾ ਕਾਰਜਕਰਤਾ, ਆਪਣੇ ਹਲਕੇ ਦਾ ਛੋਟਾ ਜਿਹਾ ਬੱਚਾ ਬੇਟਾ ਹਾਂ ਆਪਣੇ ਹਲਕੇ ਦਾ। ਅੱਜ ਮੇਰੇ ਉੱਤੇ ਅਲੱਗ ਅਲੱਗ ਤਰੀਕੇ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ, ਅੱਜ ਮੇਰੇ ਪਰਿਵਾਰ ਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ, ਅੱਜ ਜਲੰਧਰ ਦੇ ਲੋਕਾਂ ਨੂੰ ਡਰਾਇਆ ਜਾ ਰਿਹਾ ਕਿ ਜਿਹੜੀ ਵੋਟ ਇਹ ਧੱਕੇ ਦੇ ਨਾਲ ਲਈ ਜਾਏਗੀ। ਕੋਈ ਵੋਟ ਧੱਕੇ ਨਾਲ ਨਹੀਂ ਦਿੰਦਾ, ਲੋਕ ਕੰਮਾਂ ਦੇ ਉੱਤੇ ਵੋਟ ਦੇਣਗੇ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ, ਸੱਚ ਔਰ ਝੂਠ ਦਾ ਮੁਕਾਬਲਾ, ਸੱਚ ਔਰ ਝੂਠ ਦੀ ਲੜਾਈ ਇਹ ਤੁਹਾਡੇ ਸਾਹਮਣੇ ਹੈ। ਝੂਠ 26 ਮਹੀਨਿਆਂ ਦਾ, 26 ਮਹੀਨਿਆਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਆਮ ਆਦਮੀ ਪਾਰਟੀ ਨੇ, ਵੱਡੇ ਵੱਡੇ ਵਾਅਦੇ ਜਿਹੜੇ ਉਹਨਾਂ ਨੇ ਕਿਹਾ ਅਸੀਂ ਸਮਾਰਟ ਸਕੂਲ ਬਣਾਵਾਂਗੇ, ਅਸੀਂ ਸਕੂਲ ਆਫ ਐਮੀਨੈਂਸ ਬਣਾਵਾਂਗੇ, ਅਸੀਂ ਵਧੀਆ ਕਾਲਜ ਬਣਾਵਾਂਗੇ, ਅਸੀਂ ਜਲੰਧਰ ਦੇ ਵਿੱਚ PGI ਵਰਗੇ ਹੋਸਪਿਟਲ ਲੈ ਕੇ ਆਵਾਂਗੇ, ਅਸੀਂ ਏਮਸ ਵਰਗੇ ਹੋਸਪਿਟਲ ਲੈ ਕੇ ਆਵਾਂਗੇ, ਅਸੀਂ ਸਪੋਰਟਸ ਯੂਨੀਵਰਸਿਟੀ ਲੈ ਕੇ ਆਵਾਂਗੇ। ਅਸੀਂ ਜਲੰਧਰ ਦੇ ਲੋਕਾਂ ਦੇ ਲਈ ਜੇ 43,000 ਨੌਕਰੀ ਦੀ ਗੱਲ ਕਰਦੇ ਆ, ਮੁੱਖ ਮੰਤਰੀ ਸਾਹਿਬ ਜ਼ਰੂਰ ਡਾਟਾ ਲੈ ਕੇ ਆਓ ਕਿ ਜਲੰਧਰ ਵੈਸਟ 'ਚ ਕਿੰਨੀਆਂ ਨੌਕਰੀਆਂ ਮਿਲੀਆਂ। ਜਲੰਧਰ ਵੈਸਟ ਦਾ ਡਾਟਾ 0, ਡਿਵੈਲਪਮੈਂਟ ਦਾ ਡਾਟਾ 0। ਅੰਗਰਾਲ ਸਾਹਿਬ ਇੱਕ ਸਵਾਲ ਇਸ ਕਰਕੇ ਕਹਿ ਰਹੇ ਹਾਂ, ਇੱਕ ਮਿੰਟ, ਕਿ ਇਹ ਲੋਕ ਦੇਖਣਗੇ ਜਿਹੜੇ 26 ਮਹੀਨੇ ਪਹਿਲੇ ਮੁੱਖ ਮੰਤਰੀ ਨੇ ਵਾਅਦੇ ਕੀਤੇ 2021 ਦੇ ਵਿੱਚ, ਅਗਰ ਇੱਕ ਵੀ ਵਾਅਦੇ ਨੂੰ ਪੂਰਾ ਕੀਤਾ ਹੋਵੇ, ਅਗਰ ਇੱਕ ਵੀ ਨਵਾਂ ਸਕੂਲ ਬਣਿਆ ਹੋਵੇ, ਇੱਕ ਵੀ ਨਵਾਂ ਕਾਲਜ ਬਣਿਆ ਹੋਵੇ, ਜਿਹੜੀ ਮੈਨੂੰ ਟਿਕਟ ਮਿਲੀ ਆ ਪਾਰਟੀ ਵੱਲੋਂ, ਮੈਂ ਅੱਜ ਵੀ ਜਲੰਧਰ ਦੇ ਲੋਕਾਂ ਨਾਲ ਵਾਅਦਾ ਕਰਦਾ, ਇੱਕ ਵੀ ਸਕੂਲ ਦੀ ਨੀਂਹ ਦੱਸ ਦੇਣ ਮੈਨੂੰ ਕਿ ਮੁੱਖ ਮੰਤਰੀ ਨੇ ਰੱਖੀ ਹੈ, ਮੈਂ ਇਹ ਇਲੈਕਸ਼ਨ ਨਹੀਂ ਲੜਾਂਗਾ, ਇਹ ਮੇਰੀ ਗਰੰਟੀ, ਇਹ ਮੇਰਾ ਵਿਸ਼ਵਾਸ। ਮਹਿੰਦਰ ਭਗਤ ਦਾ ਕਹਿਣਾ ਹੈ ਕਿ ਅਗਰ ਉਹ ਵਿਧਾਇਕ ਬਣਦੇ ਨੇ ਜਾਂ ਪਾਰਟੀ ਉਹਨਾਂ ਦੇ ਕੋਈ ਵੀ ਨੁਮਾਇੰਦਾ ਵਿਧਾਇਕ ਬਣਦਾ ਹੈ ਤਾਂ ਸਰਕਾਰ ਕੋਲੋਂ ਕੰਮ ਹੋਣਗੇ, ਕਹਿੰਦੇ ਅਗਰ ਵਿਧਾਇਕ ਆਏਗਾ ਤਾਂ ਹੀ ਕੰਮ ਹੋਣਗੇ ਲੋਕਾਂ ਦੇ। ਜੀ ਜੀ, ਪਹਿਲੇ ਵੀ ਵਿਧਾਇਕ ਸੀ, ਬਾਕੀ ਵਿਧਾਇਕਾਂ ਦਾ ਕੰਮ ਕੀ ਹੋ ਰਿਹਾ? ਤੁਸੀਂ ਦੇਖਿਆ ਕਿ ਡਾਕਟਰ ਅਜੇ ਗੁਪਤਾ ਜੀ ਦੀ 10 ਦਿਨ ਪਹਿਲੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਅੰਮ੍ਰਿਤਸਰ ਤੋਂ, ਉਹਨਾਂ ਦੇ ਅੰਦਰੋਂ ਦਰਦ ਬੋਲ ਰਿਹਾ, ਉਹੀ ਦਰਦ ਸ਼ੀਤਲ ਅੰਗਰਾਲ ਬੋਲਦਾ ਰਿਹਾ 26 ਮਹੀਨੇ। ਮੇਰੇ ਨਾਲ ਇੱਕ ਵੀ ਗੱਲ ਦੇ ਉੱਤੇ ਮੁੱਖ ਮੰਤਰੀ ਸਾਹਿਬ ਜਿੱਥੇ ਮਰਜ਼ੀ ਡਿਬੇਟ ਕਰ ਲੈਣ, ਜੇ ਉਹ ਸੱਚੇ ਆ ਗੁਰੂ ਮਹਾਰਾਜ ਦੇ ਚਰਨਾਂ 'ਚ ਖੜੇ ਹੋ ਕੇ ਕਹਿਣ ਕਿ ਡਿਵੈਲਪਮੈਂਟ ਕਿੱਥੇ ਕਰਾਈ। ਅੱਜ 26 ਮਹੀਨਿਆਂ ਦਾ ਜਲੰਧਰ ਦਾ ਮੇਅਰ ਨਹੀਂ ਹੈ, ਅੱਜ 26 ਮਹੀਨਿਆਂ ਦੇ ਕਾਰਪੋਰੇਸ਼ਨ ਦੇ ਵਿੱਚ 6 ਵਾਰੀ ਕਮਿਸ਼ਨਰ ਬਦਲਿਆ ਗਿਆ, ਕੋਈ ਕਮਿਸ਼ਨਰ ਬੈਠ ਕੇ ਰਾਜੀ ਨਹੀਂ। ਮੁੱਖ ਮੰਤਰੀ ਸਾਹਿਬ, ਲੋਕ ਗਰਾਊਂਡ ਲੈਵਲ 'ਤੇ ਕੰਮ ਚਾਹੁੰਦੇ ਆ, ਲੋਕ ਚਾਹੁੰਦੇ ਆ ਅੱਜ ਲੋਕਾਂ ਨਾਲ ਕੀ ਕੀਤਾ ਜਾ ਰਿਹਾ। ਇੱਕ ਨਵੀਂ ਸਕੀਮ ਚੱਲ ਰਹੀ ਹੈ, ਅੱਜ ਬੱਤੀ ਮਹਿੰਗੀ ਕਰ ਦਿੱਤੀ ਹੈ, ਬਿਜਲੀ ਦੇ ਕੱਟ ਲੱਗ ਰਹੇ ਆ। ਅੱਜ ਕਈ ਲੋਕਾਂ ਦੇ ਇੱਕ ਨਵੀਂ ਜਿਹੜੀ ਪਲੈਨਿੰਗ ਇਹਨਾਂ ਦੀ ਮੈਂ ਫੜੀ ਹੈ, ਕਾਰਪੋਰੇਸ਼ਨ ਕੀ ਕਰ ਰਹੀ ਹੈ, ਅੱਜ ਕਈ ਲੋਕਾਂ ਦੇ ਸੀਵਰ ਦੇ ਜਿਹੜੇ ਢੱਕਣ ਉਹ ਬੰਦ ਕਰ ਰਹੀ ਹੈ ਕਿ ਲੋਕਾਂ ਦੇ ਘਰ ਪਾਣੀ ਖੜਾ ਹੋਵੇ, ਅਸੀਂ ਉੱਥੇ ਗੱਡੀ ਭੇਜੀਏ ਅਤੇ ਲੋਕਾਂ ਨੂੰ ਕਹੀਏ ਅਸੀਂ ਤੁਹਾਡਾ ਕੰਮ ਕਰਾ ਰਹੇ ਹਾਂ। ਅੱਜ ਜਿਹੜੀਆਂ ਗੱਡੀਆਂ ਸਫਾਈ ਵਾਲੀਆਂ ਸੀਵਰ ਦੀਆਂ ਜਿਹੜੀਆਂ ਗੱਡੀਆਂ, ਅੱਜ ਜਲੰਧਰ ਤੋਂ ਬਾਹਰ ਦੀਆਂ ਕਾਰਪੋਰੇਸ਼ਨ ਦੀਆਂ ਗੱਡੀਆਂ ਜਲੰਧਰ ਸ਼ਹਿਰ 'ਚ ਘੁੰਮ ਰਹੀਆਂ। ਇੱਥੋਂ ਪਤਾ ਲੱਗਦਾ ਕਿ ਕਿੱਡੀ ਜਿਹੜੀ ਉਹਨਾਂ ਦੇ ਅੰਦਰ ਅੱਜ ਘਬਰਾਹਟ ਹੈ ਕਿ ਜਿਹੜੀ ਸੀਟ ਹੈ
ਆਮ ਆਦਮੀ ਪਾਰਟੀ ਦੀ ਝੋਲੀ ਚ ਨਹੀਂ ਪੈ ਰਹੀ। ਇਮਰਾਨ ਸਾਹਿਬ, ਇੱਕ ਅਖੀਰਲਾ ਸਵਾਲ ਹੈ ਕਿ ਮੁੱਖ ਤੌਰ ਤੇ ਜਲੰਧਰ ਵੈਸਟ ਦੇ ਮੁੱਦੇ ਕਿਹੜੇ ਰਹਿਣ ਵਾਲੇ ਨੇ ਜੋ ਸੀਤਲ ਦੀਆਂ ਨਜ਼ਰਾਂ ਦੇ ਵਿੱਚ ਹੈ, ਤੇ 2 ਸਾਲ ਜਿਨ੍ਹਾਂ ਨੂੰ ਲੈ ਕੇ ਉੱਤੇ ਵੀ ਗਏ ਤੇ ਜਵਾਬ ਕੀ ਮਿਲਿਆ, ਇਹਨੂੰ ਥੋੜਾ ਜਿਹਾ ਡਿਫਾਈਨ ਕਰੋ। ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਅਰਦਾਸ ਕਰਾਂਗਾ ਕਿ ਨਸ਼ੇ ਦੇ ਉੱਤੇ ਲੜਾਈ ਲੜਾਂਗਾ। ਇਹ ਲੋਕ ਕਹਿੰਦੇ ਆ ਅੱਜ ਲਾਟਰੀ ਸਟਾਲ, ਤੁਸੀਂ ਮੀਡੀਆ ਦੇ ਮੇਰੇ ਦੋਸਤ ਹੋ, ਪਰਮਾਤਮਾ ਨੂੰ ਤੁਸੀਂ ਵੀ ਜਾਣਦੇ ਨਹੀਂ, ਅਸੀਂ ਵੀ ਜਾਣਾ ਇੱਕ ਦਿਨ। ਅੱਜ ਮੇਰੇ ਇਲਾਕੇ ਦੇ ਲਾਟਰੀ ਸਟਾਲ ਦੇਖੋ, ਜਲੰਧਰ ਸ਼ਹਿਰ ਦੇ ਵਿੱਚ, ਜਲੰਧਰ ਵੈਸਟ ਦੀ ਗੱਲ ਨਹੀਂ ਮੈਂ ਕਰ ਰਿਹਾ, ਕਰਤਾਰਪੁਰ ਤੋਂ ਚਾਲੂ ਹੋ ਜਾਓ, ਜਲੰਧਰ ਨੌਰਥ ਤੋਂ ਚਾਲੂ ਹੋ ਜਾਓ, ਜਲੰਧਰ ਸੈਂਟਰ, ਜਲੰਧਰ ਵੈਸਟ, ਜਲੰਧਰ ਕੈਂਟ ਜਾ ਕੇ ਦੇਖੋ, ਲਾਟਰੀ ਦੇ ਸਟਾਲ ਗਲੀ ਗਲੀ ਚ ਖੁੱਲੇ ਆ। ਐਮਐਲ ਸਾਹਿਬ ਉਹ ਬੰਦ ਕਿਉਂ ਨਹੀਂ ਕਰਵਾਏ? ਸੱਤਾ ਤੇਰੀ ਪਾਰਟੀ ਆ, ਸਰਕਾਰ ਪਾਰਟੀ ਹੈ। ਸਰਕਾਰ ਕਹਿ ਰਹੀ ਹੈ ਜਿਹੜੇ ਇਹਨਾਂ ਦੇ ਜਿਹੜੀ ਕੁਰਸੀ ਤੇ ਬੈਠੇ ਮੁਲਾਜ਼ਮ ਅਫਸਰ, ਉਹ ਕਹਿੰਦੇ ਅਸੀਂ ਹਫਤਾ ਜਿਹੜਾ ਹੈ ਇਹ ਸੀ ਉੱਪਰ ਭੇਜਦੇ ਆ ਚੰਡੀਗੜ੍ਹ ਵੱਡੇ ਅਫਸਰਾਂ ਨੂੰ, ਉਸ ਕਰਕੇ ਇੱਕ ਐਮਐਲਏ ਨੂੰ ਧਰਨਾ ਲਗਾਉਣਾ ਪਿਆ। ਅਗਰ ਅੱਜ ਦੀ ਡੇਟ ਦੇ ਵਿੱਚ ਇਹ ਲੋਕ ਕਹਿੰਦੇ ਆ ਕਿ ਮੇਰਾ ਕੋਈ ਰੋਲ ਸੀ, ਮੇਰੇ ਉਹ ਜਾਣਕਾਰ ਸੀ, ਹੁਣ ਜਲੰਧਰ ਨੌਰਥ 'ਚ ਮੇਰਾ ਕੌਣ ਹੈ, ਜਿਸ ਸਮੇਂ ਤੁਸੀਂ ਕਰਤਾਰਪੁਰ ਦੇ ਵਿੱਚ ਕੌਣ ਹੈ, ਜਲੰਧਰ ਕੈਂਟ 'ਚ ਮੇਰਾ ਰਿਸ਼ਤੇਦਾਰ ਕੌਣ ਹੈ? ਅਗਰ ਜਲੰਧਰ ਸ਼ਹਿਰ ਦੇ ਵਿੱਚ ਲਾਟਰੀ ਸਟਾਲ ਦੇ ਲਈ ਕੋਈ ਧਰਨੇ ਤੇ ਬੈਠਾ ਹੈ, ਸ਼ੀਤਲ ਅੰਗਰਾਲ ਨੇ ਧਰਨਾ ਲਗਾਇਆ, ਮੇਰੇ ਦੋਸਤਾਂ ਨੇ ਲਗਾਇਆ, ਪਰ ਮੁੱਖ ਮੰਤਰੀ ਸਾਹਿਬ ਦਾ ਇੱਕ ਵਾਰੀ ਵੀ ਬਿਆਨ ਨਹੀਂ ਆਇਆ। ਮੈਂ ਦੁਬਾਰਾ ਫਿਰ ਕਹਿਣਾ ਚਾਹੁੰਦਾ, ਮੁੱਖ ਮੰਤਰੀ ਸਾਹਿਬ, ਕਿਰਾਏ ਦੇ ਮਕਾਨ ਲੈਣ ਤੋਂ ਪਹਿਲੇ ਉਹਨਾਂ ਦੁਕਾਨਾਂ ਤੇ ਜਾਓ ਜਿੱਥੇ ਗਰੀਬਾਂ ਦੇ ਪਰਿਵਾਰ ਲੁੱਟੇ ਜਾ ਰਹੇ ਆ, ਜਿੱਥੇ ਲੋਕਾਂ ਨਾਲ ਧੋਖਾ ਹੋ ਰਿਹਾ। ਅਗਰ ਤੁਸੀਂ ਉਹਨਾਂ ਲੋਕਾਂ ਨੂੰ ਇਨਸਾਫ਼ ਦੇ ਦਿਓਗੇ, ਮੇਰੇ ਮਨ ਨੂੰ ਬਹੁਤ ਸ਼ਾਂਤੀ ਆਏਗੀ। ਜਾਓ ਜ਼ਮੀਨੀ ਲੈਵਲ ਦੇ ਉੱਤੇ, 2 ਦਿਨ ਪਹਿਲੇ ਭਾਰਕੋ ਨਗਰ ਦੇ ਵਿੱਚ ਇੱਕ 22 ਸਾਲ ਦਾ 23 ਸਾਲ ਦਾ ਮੁੰਡਾ ਨਸ਼ੇ ਦੀ ਡੋਜ਼ ਲੈਣ ਨਾਲ ਮਰ ਗਿਆ। ਇਹ ਜਲੰਧਰ ਵੈਸ ਦੇ ਵਿੱਚ ਅੱਜ ਦਿਨ ਕੋਈ ਨਾ ਕੋਈ ਬੱਚਾ ਮਰ ਰਿਹਾ, ਕੋਈ ਨਾ ਕੋਈ ਮੇਰਾ ਦੋਸਤ ਮਰ ਰਿਹਾ, ਉਹਨੂੰ ਬਚਾਉਣ ਦੇ ਲਈ ਕੋਈ ਵੀ ਪ੍ਰਸ਼ਾਸਨ ਵੱਲੋਂ ਕੰਮ ਨਹੀਂ ਕੀਤਾ ਜਾ ਰਿਹਾ। ਅੱਜ ਨਸ਼ਾ ਪੁਲਿਸ ਦੇ ਜਿਹੜੇ ਲੋਕ ਕੁਰਸੀ ਤੇ ਬੈਠ ਕੇ ਬਕਾ ਰਹੇ ਆ, ਅੱਜ ਜਿਹੜੇ ਚੁਣੇ ਹੋਏ ਲੋਕ ਹਫਤਾ ਵਸੂਲੀ ਕਰਕੇ ਸ਼ਹਿਰ ਦੇ ਵਿੱਚ ਦਰਾ ਸੱਤੀ ਲਾਟਰੀਆਂ ਦੇ ਜਿਹੜੇ ਪੈਸਾ ਵਸੂਲੀ ਕਰ ਰਹੇ ਆ, ਜੇ ਕਿਤੇ ਜ਼ਰੂਰਤ ਪਈ ਉਹਨਾਂ ਲੋਕਾਂ ਦੇ ਐਵੀਡੈਂਸ ਵੀ ਲੈ ਕੇ ਆਉਂਦੀ ਪਈ, ਉਹ ਵੀ ਜਨਤਾ 'ਚ ਲੈ ਕੇ ਆਵਾਂਗਾ। ਹਰ ਬੰਦੇ ਦਾ ਜਿਹੜਾ ਐਵੀਡੈਂਸ ਹੈ ਅੱਜ ਜਨਤਾ ਦੇ ਵਿੱਚ, ਲੋਕਾਂ ਦੇ ਕੋਲ, ਆਮ ਲੋਕਾਂ ਦੇ ਕੋਲ ਇਹ ਚੀਜ਼ ਐਵੀਡੈਂਸ ਹੈ। ਲੇਕਿਨ ਚਰਨਜੀਤ ਸਿੰਘ ਚੰਨੀ ਤਾਂ ਤੁਹਾਨੂੰ ਔਰ ਆਪਣੇ ਸੁਸ਼ੀਲ ਰਿੰਕੂ ਨੂੰ ਲੈ ਕੇ ਜਿਹੜਾ ਬਾਰ ਬਾਰ ਇਹੀ ਕਹਿੰਦੇ ਆਏ ਨੇ ਕਿ ਸ਼ਹਿਰ ਦੇ ਵਿੱਚ ਅਪਰਾਧੀ ਘਟਨਾਵਾਂ ਤੁਸੀਂ ਕਰਾ ਰਹੇ ਹੋ, ਨਸ਼ਾ ਦੜਾ ਸੱਟਾ ਲਾਟਰੀ ਤੁਸੀਂ ਵਿਕਵਾ ਰਹੇ ਹੋ। ਮੈਂ ਮੁੱਖ ਮੰਤਰੀ ਪੂਰਵ ਚੰਨੀ ਜੀ ਨੂੰ ਬਹੁਤ ਇੱਜ਼ਤ ਕਰਦਾ ਕਿ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਇਨਸਾਨੀਅਤ ਤੌਰ ਦੇ ਉੱਤੇ ਤੁਹਾਨੂੰ ਅੱਜ 10 ਦਿਨ ਉੱਤੇ ਜਲੰਧਰ ਦਾ ਮੈਂਬਰ ਆਫ ਪਾਰਲੀਮੈਂਟ ਬਣੇ ਹੋ ਗਿਆ, ਕੀ ਗੱਲ ਤੁਹਾਡੀ ਕੋਲ ਤਾਕਤ ਨਹੀਂ ਹੈ, ਤੁਹਾਡੀ ਸ਼ਕਤੀ ਨਹੀਂ ਹੈ, ਤੁਸੀਂ ਜਾ ਕੇ ਦੁਕਾਨਾਂ ਬੰਦ ਨਹੀਂ ਕਰਾ ਸਕਦੇ? ਸ਼ੀਤਲ ਅੰਗਰਾਲ ਦੀ ਜਿਹੜੀ ਨੌਰਥ 'ਚ ਤੁਹਾਡਾ ਐਮਐਲਏ ਹੈ ਉੱਥੇ ਮੇਰੀਆਂ ਦੁਕਾਨਾਂ, ਜਲੰਧਰ ਕੈਂਟ ਦੇ ਵਿੱਚ ਸ਼ੀਤਲ ਅੰਗਰਾਲ ਦੀਆਂ ਦੁਕਾਨਾਂ, ਜਾ ਕੇ ਦੇਖੋ ਕਰਤਾਰਪੁਰ ਦੇ ਵਿੱਚ 40 ਦੁਕਾਨਾਂ ਖੁੱਲੀਆਂ, ਉਹ ਮੇਰੀਆਂ ਦੁਕਾਨਾਂ। ਇਸੇ ਤੁਸੀਂ ਸੁਸ਼ੀਲ ਰਿੰਕੂ ਔਰ ਸ਼ੀਤਲ ਅੰਗਰਾਲ ਨੂੰ ਬਦਨਾਮ ਕਰਨ ਦੇ ਲਈ ਮੇਰੇ ਲੋਕ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ, ਜਿਹੜੇ ਮੇਰੇ ਲੋਕਾਂ ਦੇ, ਮੇਰੇ ਸਮਾਜ ਦਾ ਇੱਕ ਜਿਹੜਾ ਕੈਰੀਅਰ ਨੀਵਾਂ ਕਰ ਰਹੇ ਹੈ, ਇਸ ਚੀਜ਼ ਨੂੰ ਮੇਰੇ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ। ਜੇ ਮੇਰੇ ਉੱਤੇ ਕੋਈ ਉਂਗਲੀ ਕਿਸੇ ਨੇ ਚੱਕਣੀ ਹੈ, ਔਰ ਐਵੀਡੈਂਸ ਲੈ ਕੇ ਆਓ, ਉਸ ਚੀਜ਼ ਨੂੰ ਮੰਨਣ ਨੂੰ ਪੰਚਾਇਤ ਦੇ ਵਿੱਚ ਤਿਆਰ ਹੈ। ਪਰ 26 ਮਹੀਨਿਆਂ ਦਾ ਜਿਹੜਾ ਝੂਠ ਹੈ, ਲੋਕ ਉਹ ਪੁੱਛਣਾ ਚਾਹੁੰਦੇ ਆ ਕਿ ਮਾਨ ਸਾਹਿਬ ਕੀ ਕੀਤਾ ਤੁਸੀਂ, ਕਿੰਨੀਆਂ ਨੌਕਰੀਆਂ ਦਿੱਤੀਆਂ, ਕਿੰਨੀ ਡਿਵੈਲਪਮੈਂਟ ਕੀਤੀ ਹੈ, ਉਹਦਾ ਜਵਾਬ ਦਿਓ। ਅੱਜ ਲੋਕਾਂ ਦੇ ਘਰਾਂ ਦੇ ਵਿੱਚ ਸੀਵਰ ਖੋਲਣ ਦੀਆਂ ਮਸ਼ੀਨਾਂ ਨਾ ਭੇਜੋ, ਅੱਜ ਲੋਕਾਂ ਦੇ ਕੋਲ ਲਾਈਟਾਂ ਨਾ ਭੇਜੋ, 26 ਮਹੀਨੇ ਕੋਈ ਨਹੀਂ ਭੇਜੀਆਂ। ਅੱਜ ਲੋਕਾਂ ਦੇ ਸੀਵਰ ਖੁਦ ਬੰਦ ਕਰਾ ਕੇ ਕਾਰਪੋਰੇਸ਼ਨ ਖੁਦ ਖੋਲਣ ਜਾ ਰਹੀ ਹੈ। ਇਹਦਾ ਵੀ ਜਿਹੜਾ ਜਲਦੀ ਹੀ ਭੰਡਾ ਫੋੜ ਕਰਾਂਗੇ ਕਿ ਕਿੱਦਾਂ ਲੋਕ ਪਹਿਲੇ ਰਾਤ ਨੂੰ ਸੀਵਰ ਬੰਦ ਕਰਦੇ ਆ, ਫਿਰ ਅਗਲੇ ਦਿਨ ਉੱਥੇ ਇਹਨਾਂ ਦਾ ਲੀਡਰ ਪਹੁੰਚਦਾ ਸੀਵਰ ਖਲਾਣ ਦੇ ਲਈ, ਪਹਿਲੇ ਇੱਕ ਦਿਨ ਪਹਿਲੇ ਬੰਦ ਕਰਾਇਆ ਜਾਂਦਾ। ਮੇਰੀ ਬਸਤੀ ਗਰੀਬਾਂ ਦੀ ਹੈ, ਮੇਰੇ ਲੋਕ ਗਰੀਬ ਹੈ, ਪਰ ਮੇਰੇ ਲੋਕ ਇਹ ਚੀਜ਼ ਬਰਦਾਸ਼ਤ ਨਹੀਂ ਕਰਨਗੇ ਜੋ ਉਹਨਾਂ ਲੋਕਾਂ ਦੇ ਨਾਲ ਖਿਲਵਾੜ ਕੀਤਾ ਜਾਏਗਾ, ਮੇਰੇ ਲੋਕਾਂ ਦੀ ਬੇਇੱਜ਼ਤੀ ਕੀਤੀ ਜਾਏਗੀ।
ਕਦੀ ਵੀ ਮੈਂ ਉਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗਾ। ਇੱਕ ਹੋਰ ਸਵਾਲ ਹੈ, ਜਿਸ ਵੇਲੇ ਤੁਸੀਂ ਵਿਧਾਇਕ ਸੀਗੇ ਉਸ ਵੇਲੇ ਤੁਸੀਂ ਧਰਨਾ ਲਗਾਇਆ ਸੀ ਲਾਲੀ ਦੇ ਖਿਲਾਫ, ਸੋ ਜੋ ਆਮ ਆਦਮੀ ਪਾਰਟੀ ਤੋਂ ਮਹਿੰਦਰ ਭਗਤ ਨੇ ਉਹ ਤੁਹਾਡੇ ਨਾਲ ਧਰਨੇ 'ਚ ਵੀ ਨਹੀਂ ਮੌਜੂਦ ਹੋਏ, ਅੱਜ ਉਹ ਉਹਨਾਂ ਦੇ ਵੈਸਟ ਲੱਗਿਆ, ਦਰਦ ਨਹੀਂ ਸਮਝਿਆ ਉਹਨਾਂ ਨੂੰ? ਦਰਦ ਨਹੀਂ ਆ ਉਹਨਾਂ ਦੇ, ਜਲੰਧਰ ਵਿੱਚ ਰਹਿੰਦੇ ਨਹੀਂ ਉਹ ਤੇ, ਉਹ ਤੇ ਜਲੰਧਰ ਵੈਸਟ ਨੂੰ ਛੱਡ ਚੁੱਕੇ ਆ, ਕਿਉਂਕਿ ਉਹਨਾਂ ਦਾ ਜਨਮ ਭਾਰਕੋ ਨਗਰ 'ਚ ਹੋਇਆ ਸੀ। ਉੱਥੇ ਦੇ ਲੋਕ, ਮੇਰੇ ਬਹੁਤ ਪਰਿਵਾਰ ਦੇ ਜਿਹੜੇ ਲੋਕ ਆ ਭਾਰਕੋ ਨਗਰ ਦੇ, ਉਹ ਬੜੇ ਗਰੀਬ ਪਰਿਵਾਰ ਆ, ਜਿਹੜੇ ਮਿਹਨਤ ਵਾਲੇ ਲੋਕ ਆ, ਮੈਂ ਵੀ ਉਹਨਾਂ ਪਰਿਵਾਰਾਂ 'ਚੋਂ ਨਿਕਲੇ ਹਾਂ। ਉੱਥੋਂ ਵੀ ਇਹਨਾਂ ਦੀ ਜਿਹੜੀ ਇਨਸਲਟ ਹੁੰਦੀ ਸੀ, ਇਹਨਾਂ ਨੇ ਕੋਠੀ ਆਪਣੀ ਜੇਪੀ ਨਗਰ ਲੈ ਲਈ। ਜੇਪੀ ਨਗਰ ਦੇ ਵਿੱਚ ਜਦੋਂ ਜ਼ਿਆਦਾ ਪੈਸਾ ਆ ਗਿਆ, ਜਦੋਂ ਸੱਤਾ ਦੇ ਵਿੱਚ ਪੈਸਾ ਲੁੱਟਿਆ, ਤੁਹਾਨੂੰ ਪਤਾ ਕਿਸ ਤਰੀਕੇ ਨਾਲ ਲੁੱਟਿਆ ਗਿਆ, ਪੈਸਾ ਲੁੱਟਣ ਤੋਂ ਬਾਅਦ ਅੱਜ 10 ਕਿਲੋਮੀਟਰ ਦੂਰ ਜਲੰਧਰ ਵੈਸਟ ਤੋਂ ਅਰਬਨ ਸਟੇਟ ਦੇ ਵਿੱਚ ਵੱਡਾ ਮਹਿਲ ਬਣਿਆ, ਜਿਹ 'ਚ ਮਹਿੰਦਰ ਭਗਤ ਜੀ ਰਹਿੰਦੇ ਆ। ਉਸ ਮਹਿਲ ਦੇ ਵਿੱਚ ਕੋਈ ਵੀ ਗਰੀਬ ਪਰਿਵਾਰ ਨਹੀਂ ਜਾ ਸਕਦਾ, ਕਿਉਂਕਿ ਉਸ ਮਹਿਲਾਂ ਦੇ ਜਿਹੜੇ ਪੱਥਰ ਹੈ, ਉਸ ਮਹਿਲਾਂ ਦੇ ਜਿਹੜੇ ਮੈਟ ਹੈ, ਉਹ ਮੇਰੇ ਲੋਕਾਂ ਦੇ ਨਾਲ ਖਰਾਬ ਹੋ ਜਾਂਦੇ ਆ। ਇਸ ਕਰਕੇ ਉਹਨਾਂ ਲੋਕਾਂ ਦੀ ਉੱਥੇ ਐਂਟਰੀ ਨਹੀਂ ਹੈ। ਇਹ ਜਲੰਧਰ ਵੈਸਟ ਦੇ ਲੋਕ ਦੇਖਣਗੇ ਕਿ ਝੂਠ ਨੂੰ ਵੋਟ ਪਾਣੀ ਹੈ ਕਿ ਸੱਚ ਨੂੰ ਵੋਟ ਪਾਣੀ ਹੈ। ਤੁਹਾਨੂੰ ਲੱਗਦਾ ਜਿਹੜਾ ਆਮ ਆਦਮੀ ਪਾਰਟੀ ਦਾ ਨੰਬਰ ਤੀਜਾ ਰਿਹਾ ਵੈਸਟ ਹਲਕੇ ਦੇ ਵਿੱਚ, ਉਹਦੇ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਆਪ ਚੱਲ ਕੇ ਆਉਣਾ ਪਿਆ? ਮੈਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਮੈਂ ਇਹੀ ਬੇਨਤੀ ਕਰਾਂਗਾ ਕਿ ਆਪਣਾ ਟਾਈਮ ਨਾ ਖਰਾਬ ਕਰੋ। ਜੇ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਦੇ ਲਈ, ਕੰਮ ਕਰੋ। ਜਿਹੜਾ ਤੁਹਾਡਾ ਕੈਂਡੀਡੇਟ ਹੈ ਉਹਨੂੰ 2 ਵਾਰੀ ਲੋਕ ਅੱਗੇ ਹੀ ਰਿਜੈਕਟ ਕਰ ਚੁੱਕੇ ਆ। ਜਿਹੜਾ ਆਮ ਆਦਮੀ ਪਾਰਟੀ ਜਿਹੜਾ ਵੋਟ ਬੈਂਕ ਸੀ, ਮੈਨੂੰ ਲੱਗਦਾ ਉੱਥੋਂ ਵੀ ਵੋਟ ਬੈਂਕ ਕਿਸਕੇ ਜਾਏਗਾ। ਬੜੀ ਜਲਦੀ ਲੋਕ ਉਸ ਪਾਰਟੀ ਨੂੰ ਮੌਕਾ ਦੇਣਗੇ, ਉਸ ਬੱਚੇ ਨੂੰ ਮੌਕਾ ਦੇਣਗੇ ਜਿਹੜਾ ਵਿਧਾਨ ਸਭਾ 'ਚ ਖੜੇ ਹੋ ਕੇ ਬੋਲੇਗਾ, ਆਪਣੇ ਲੋਕਾਂ ਦੀ ਲੜਾਈ ਲੜੇਗਾ। ਠੀਕ ਹੈ।